ਕੋਲ ਗਿਆ ਸੀ ਉਹਨਾਂ ਨੇ ਭੇਜਤਾ ਇੱਥੇ, ਉਹਨਾਂ ਨੇ ਕਿਹਾ ਜੇ ਹੱਡੀ ਟੁੱਟਿਆ ਹੋਇਆ ਵਾ, ਜੇ ਬਹੁਤੇ ਆਪਰੇਸ਼ਨ ਹੋਊਗਾ ਫਿਰ ਹੋਊਗਾ ਤੇ ਲੈ ਕੇ ਆਇਓ। ਨਹੀਂ ਮੈਂ ਖੁਦ ਉਹਨਾਂ ਨੂੰ ਗਿਆ ਵਾ ਜਾ ਕੇ, ਡਾਕਟਰ ਸਾਹਿਬ ਜੇ ਦੇਖੋ ਜੇ ਸਾਹ ਨਹੀਂ ਚੱਲਦਾ ਪਿਆ ਤੇ ਕਹਿੰਦੇ ਕੋਈ ਨਹੀਂ, ਜੇ ਮੈਂ ਦੇਖਦਾ ਪਿਆ ਵਾ ਮੈਨੂੰ ਤੇ ਮੇਰੇ ਗਲਵਾਂ ਨੂੰ ਬਾਹਰ ਹੀ ਕੱਢਦੇ ਤੇ ਅੰਦਰ ਗੇਟ ਬੰਦ ਕਰਕੇ, ਹੁਣ ਪਤਾ ਨਹੀਂ ਕੀ ਕੀਤਾ ਕੀ ਨਹੀਂ। ਕੁਛ ਹੋਇਆ ਤਾਂ ਮੂੰਹ ਤੋਂ ਖੂਨ ਤੋਂ ਨਹੀਂ ਆਉਣਾ ਚਾਹੀਦਾ ਨਾ। ਮੈਂ ਬਾਂਹ ਟੁੱਟਿਆ ਕਿ ਧੜਕਾਂ ਥੋੜੇ ਟੁੱਟ ਗਿਆ ਵਾ, ਜੇ ਅਚਾਨਕ ਮ੍ਰਿਤੂ ਹੋ ਜਾਵੇ ਫੇਸਬੁੱਕ ਤੇ ਨੈਟ ਤੇ ਅਸੀਂ ਸਾਰੇ ਛੱਡਾਂਗੇ, ਸਾਰੇ ਦੁਨੀਆ ਦੇਖੂਗਾ ਕਿ ਹਸਪਤਾਲ ਵਿੱਚ ਕੀ ਕਾਨੂੰਨ ਹੁੰਦੇ ਆ, ਕਿੱਦਾਂ ਦੇ ਕੰਮ ਹੁੰਦਾ, ਬੱਚੇ ਦੇ ਕਿਰਨੀਆਂ ਨਿਕਾਲ ਕੇ ਵੇਚਦੇ ਆ, ਬੱਚੇ ਦੇ ਕਿਰਨੀ ਨਿਕਾਲ ਕੇ ਵੇਚਦੇ ਆ, ਬੱਚੇ ਦੇ ਮੂੰਹ 'ਚ ਖੂਨ ਆਇਆ, ਬੱਚੇ ਖਤਮ ਹੋ ਗਿਆ। 4 ਵਜੇ ਤੋਂ ਬਾਅਦ ਬੱਚੇ ਨੂੰ ਦੁੱਧ ਨਾ ਪਾਣੀ ਕੁਛ ਨਹੀਂ ਦੇਣਾ, 7 ਵਜੇ ਲਿਆਓ, 8 ਵਜੇ ਆਪਾਂ ਓਪਰੇਟ ਕਰ ਦੇਣਾ। ਅਸੀਂ ਸਵੇਰੇ 7:30 ਦੇ ਬੱਚੇ ਨੂੰ ਲੈ ਕੇ ਆਏ ਹਾਂ, ਇਹਨਾਂ ਨੂੰ ਓਪਰੇਟ ਕੀਤਾ 12 ਵਜੇ। ਉਹ ਹੁਣ ਦੇਖੋ ਸਾਨੂੰ ਤਾਂ ਇਹ ਵੀ ਲੱਗਦਾ ਕਿ ਗਰਭਵਤੀ ਬੱਚਾ ਭੁੱਖ ਪਿਆਸ ਨਾਲ ਹੀ ਮਰ ਗਿਆ। ਆਉਂਦੇ ਹੀ ਪੁੱਛਿਆ ਤਾਂ ਡਾਕਟਰ ਸਾਹਿਬ ਜਿਹਨਾਂ ਨੇ ਓਪਰੇਟ ਕੀਤਾ, ਕਹਿੰਦੇ ਮੁੰਡੇ ਨੇ ਨਾ ਥੁੱਕ ਅੰਦਰ ਲੈ ਲਈ ਤਾਂ ਮਰ ਗਿਆ, ਫਿਰ ਹੁਣ ਉਹ ਕਹਿੰਦੇ ਉਹਦਾ ਹਾਰਟ ਫੇਲ ਹੋਇਆ। ਹੁਣ ਅਸੀਂ ਬੈਠੇ ਹਾਂ ਜੀ, ਇਨਸਾਫ਼ ਦੀ ਮੰਗ ਕਰਦੇ ਹਾਂ, ਫੋਨ ਹੈਲਪਲਾਈਨ 'ਤੇ ਲਗਾਇਆ ਸੀ, ਉਹ ਵੀ ਆ ਕੇ ਕਹਿੰਦੇ ਆ ਜੀ ਥਾਣੇ ਆਓ ਰਿਪੋਰਟ ਲਿਖਾਉਣ। ਹੁਣ ਬੰਦਾ ਜਿਹੜਾ ਜਿਹਦਾ ਬੱਚਾ ਮਰਿਆ ਉਹ ਪਹਿਲਾਂ ਇੱਥੇ ਰੁਕੇ ਆਪਣੇ ਬੱਚੇ ਕੋਲ ਜਾਂ ਪਹਿਲਾਂ ਸਿਟੀ ਥਾਣੇ ਜਾਈਏ? ਠੀਕ ਹੈ, ਹੁਣ ਪ੍ਰੈਸ਼ਰ ਕੀਤਾ ਬੱਚਾ ਬਿਲਕੁਲ ਠੀਕ ਸੀਗਾ, ਗੱਲਾਂ ਬਾਤਾਂ ਕਰਦਾ ਸੀਗਾ। 5:30 ਵਜੇ ਬੱਚਾ ਇੱਕਦਮ ਰੋਂਦਾ ਰੋਂਦਾ ਚੁੱਪ ਕਰ ਗਿਆ, ਅਤੇ ਜਿਹੜਾ ਮੋਨੀਟਰ ਹੈ ਉਹਦੀ ਉਹਦੇ ਵਿੱਚ ਜਿਹੜੀ ਰੀਡਿੰਗ ਸੀ ਉਹ ਨੋਰਮਲ ਆ ਗਈ। ਉਦਾਹਰਨ ਕਿਹਾ ਤੁਹਾਡਾ ਹੈਗਾ ਵੀ ਨੁਕਸ ਹੈ ਤੁਹਾਡੇ 'ਚ, ਤੁਸੀਂ ਗਲਤੀ ਕੀਤੀ ਨਾ, ਤਾਂ ਉਸ ਤੁਹਾਡੇ 'ਚ ਫੈਸਲਾ ਹੋ ਸਕਦਾ। ਉਹਨੂੰ ਮੈਂ ਕੱਲ੍ਹ ਆਇਆ ਸੀ ਸਵੇਰੇ, ਗਿਆ ਸੀ ਉੱਥੇ ਕੀ ਕਹਿੰਦੇ ਹੱਤਾ ਵਾਲਾ ਹੈਗਾ ਡਾਕਟਰ ਸਲਮਾਨ ਅਪੀਰ ਚੌਧਰੀ, ਉਹਨਾਂ ਕੋਲ ਗਿਆ ਸੀ, ਉਹਨਾਂ ਨੇ ਭੇਜਤਾ ਇੱਥੇ, ਉਹਨਾਂ ਨੇ ਕਿਹਾ ਜੇ ਹੱਡੀ ਟੁੱਟਿਆ ਹੋਇਆ ਵਾ, ਜੇ ਉੱਥੇ ਆਪਰੇਸ਼ਨ ਹੋਊਗਾ ਫਿਰ ਹੋਊਗਾ ਤੇ ਲੈ ਕੇ ਆਇਓ। ਉੱਥੋਂ ਮੈਂ ਆਇਆ ਇੱਥੇ, ਇੱਥੇ ਆ ਕੇ ਇਹਨਾਂ ਨੂੰ ਜੇ ਮੈਂ ਸਲਾਹ ਕਰਕੇ ਸਾਹਮਣੇ ਮੈਂ ਦੱਸੂੰਗਾ ਤੁਹਾਨੂੰ, ਅਤੇ ਮੈਂ ਗਿਆ ਆਪਣੇ ਮਾਲਕ ਨਾਲ ਸਲਾਹ ਕੀਤੀ ਤੇ ਕਹਿੰਦੇ ਕੋਈ ਨਹੀਂ ਚੱਲਦੀ ਆ ਉੱਥੇ, ਪੁੱਛ ਲੈਂਦੇ ਹਾਂ। ਤੇ ਕਿੰਨੇ ਸਾਲ ਦਾ ਸੀ ਬੱਚਾ? 3.5 ਸਾਲ ਦਾ। ਤੇ ਕੀ ਹੋਇਆ ਕਿ ਆਪਰੇਸ਼ਨ ਤੋਂ ਬਾਅਦ? ਆਪਰੇਸ਼ਨ ਤੋਂ ਬਾਅਦ ਹਾਂ ਠੀਕ ਹੋ ਗਏ ਸੀ। ਅੱਛਾ, ਬੱਚਾ ਠੀਕ ਸੀ? ਹਾਂਜੀ, ਅਚਾਨਕ 5:30 ਵਜੇ ਜਾ ਕੇ ਨਹੀਂ ਸੀ। ਅੱਛਾ, ਤੇ ਤੁਹਾਨੂੰ ਦੱਸਤਾ ਸੀਗਾ ਉਹਨਾਂ ਨੇ ਡਾਕਟਰ ਸਾਹਿਬ ਨੇ? ਨਹੀਂ, ਮੈਂ ਖੁਦ ਉਹਨਾਂ ਨੂੰ ਕਿਹਾ ਵਾ ਜਾ ਕੇ ਡਾਕਟਰ ਸਾਹਿਬ ਜੀ ਦੇਖੋ ਜੇ ਸਾਹ ਨਹੀਂ ਚੱਲਦਾ ਪਿਆ ਤੇ ਕਹਿੰਦੇ ਕੋਈ ਨਹੀਂ, ਜੇ ਮੈਂ ਦੇਖਦਾ ਪਿਆ ਵਾ ਮੈਨੂੰ ਤੇ ਮੇਰੇ ਗਲਵਾਂ ਨੂੰ ਬਾਹਰ ਹੀ ਕੱਢਦੇ ਤੇ ਅੰਦਰ ਗੇਟ ਬੰਦ ਕਰਕੇ, ਹੁਣ ਪਤਾ ਨਹੀਂ ਕੀ ਕੀਤਾ ਕੀ ਨਹੀਂ। ਹੁਣ ਕੀ ਮੰਗ ਹੀ ਕਰਦੇ ਹੋ? ਮੰਗ ਹੀ ਕਰਦੇ ਹੋ? ਮੂੰਹ ਚੋਂ ਖੂਨ ਨਿਕਲਦਾ ਪਿਆ, ਮੂੰਹ ਚੋਂ ਖੂਨ ਵਗਦਾ ਪਿਆ। ਮੈਂ ਕੁਝ ਹੋਇਆ ਤਾਂ ਮੂੰਹ ਤੋਂ ਖੂਨ ਤੋਂ ਨਹੀਂ ਆਉਣਾ ਚਾਹੀਦਾ ਨਾ। ਮੈਂ ਬਾਂਹ ਟੁੱਟਿਆ ਕਿ ਧੜਕਾਂ ਥੋੜੇ ਟੁੱਟ ਗਿਆ ਵਾ, ਜੇ ਅਚਾਨਕ ਮ੍ਰਿਤੂ ਹੋ ਜਾਏ। ਇਹਦੇ ਵਿੱਚ ਕਿਹਦੀ ਗਲਤੀ ਮੰਨਦੇ ਹੋ? ਗਲਤੀ ਤਾਂ ਡਾਕਟਰ ਦੀ ਹੈ, ਇਹਦੇ ਵਿੱਚ ਕਪੂਰਥਲੇ ਦੇ ਵਿੱਚ ਇੱਕ ਸੰਜੀਤ ਨਾਮ ਦੇ ਵਿਅਕਤੀ ਆ, ਉਹਦੇ ਸੱਦੇ 'ਤੇ ਜੋ ਡਾਕਟਰ ਅਤੁਲ ਜੇ ਪੀ ਨਰਸਿੰਗ ਹੋਮ ਆ ਡਾਕਟਰ ਅਤੁਲ ਦਾ, ਉੱਥੇ ਪਹੁੰਚੇ ਸੀ।
ਜੋ ਮਸਲਾ ਉੱਥੇ ਹੋਇਆ, ਜੋ ਸੰਜੀਤ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬੇਟਾ ਸੀ ਪਿਛਲੇ ਦਿਨੀ ਉਹਨਾਂ ਦੀ ਹੱਡੀ ਫ੍ਰੈਕਚਰ ਹੋ ਗਈ ਸੀ ਬਾਂਹ ਦੀ, ਉਹ ਜਿਹੜਾ ਓਪਰੇਟ ਦੇ ਲਈ ਪਹਿਲਾਂ ਤਾਂ ਜਗ੍ਹਾ ਜਗ੍ਹਾ ਹੋਸਪਿਟਲ 'ਚ ਘੁੰਮਦੇ ਰਹੇ, ਪਰ ਉੱਥੋਂ ਉਹਨਾਂ ਨੂੰ ਕਿਉਂਕਿ ਗਰੀਬ ਪਰਿਵਾਰ ਤੋਂ ਸੰਬੰਧਿਤ ਸੀ ਉਹਨਾਂ ਨੂੰ ਉਹ ਜਿਹੜਾ ਹੱਲ ਨਹੀਂ ਮਿਲ ਪਾਇਆ। ਫਿਰ ਉਹ ਇੱਥੇ ਪਹੁੰਚੇ ਜੇ ਪੀ ਨਰਸਿੰਗ ਹਾਊਸ ਦੇ ਵਿੱਚ, ਉੱਥੇ ਡਾਕਟਰ ਅਤੁਲ ਦੇ ਕੋਲੋਂ ਉਹਨਾਂ ਨੇ ਕਹਿੰਦੇ ਓਪਰੇਟ ਕਰਵਾਇਆ, ਅਤੇ ਅੱਜ ਜਿਹੜਾ ਓਪਰੇਟ ਹੋਇਆ ਤਕਰੀਬਨ 2:30 ਵਜੇ 12:15 ਵਜੇ ਜਿਹੜਾ ਓਪਰੇਟ ਹੋਇਆ ਬੱਚੇ ਦਾ, 3.5 ਸਾਲ ਉਮਰ ਸੀ, 3.5 ਸਾਲ ਉਮਰ ਸੀਗੀ। ਅਤੇ ਜਦੋਂ ਓਪਰੇਟ ਹੋਇਆ ਉਸ ਤੋਂ ਬਾਅਦ ਤਕਰੀਬਨ ਉਨੀ ਦਾ ਓਪਰੇਟ ਸੀਗਾ, ਅਤੇ ਬਾਂਹ ਟੁੱਟੀ ਸੀ ਜਿਹੜੀ, ਅਤੇ ਉਹਦਾ ਓਪਰੇਟ ਕੀਤਾ ਗਿਆ, ਅਤੇ ਉਸ ਤੋਂ ਬਾਅਦ ਜਿਹੜਾ ਬੱਚਾ ਵਾ ਉਹਦੀ ਡੈਥ ਹੋ ਗਈ। ਨਾ ਤਾਂ ਪਰਿਵਾਰ ਨੂੰ ਇਹੋ ਜਿਹਾ ਹੋ ਰਿਹਾ ਸੀ, ਕਿਉਂਕਿ ਅਸੀਂ ਵੀ ਦੁਨੀਆਂ 'ਚ ਵਿਚਰਦੇ ਹਾਂ, ਲੋਕਾਂ 'ਚ ਵਿਚਰਦੇ ਹਾਂ, ਇਹ ਚੀਜ਼ ਜਿਹੜੀ ਆ ਵਿਸ਼ਵਾਸ ਨਹੀਂ ਹੁੰਦੀ, ਕਿਉਂਕਿ ਅਸੀਂ ਕਿਸੇ 'ਤੇ ਕਿੰਤੂ ਪ੍ਰੰਤੂ ਉਸ ਟਾਈਮ ਤੱਕ ਨਹੀਂ ਕਰਨਾ ਕਿ ਜਦੋਂ ਤੱਕ ਜਿਹੜੇ ਉਹਦੇ ਪਹਿਲੂ ਆ ਸਾਰੇ ਸਾਹਮਣੇ ਨਹੀਂ ਆ ਜਾਂਦੇ। ਫਿਰ ਜਿੱਦਾਂ ਹੀ ਉਹ ਗਰੀਬ ਪਰਿਵਾਰ ਸੰਬੰਧਿਤ ਸਾਡੇ ਆ ਭਰਾ ਨੇ, ਇਹਨਾਂ ਉਹ ਕੰਮ ਕਰਦੇ ਨੇ, ਇਹਨਾਂ ਨੇ ਜਦੋਂ ਪਹੁੰਚ ਕੀਤੀ ਛਾਬੜਾ ਜੀ ਕੋਲੋਂ, ਸਾਡੇ ਵਾਲੀਆ ਸਾਹਿਬ ਕੋਲੋਂ, ਸਾਡੇ ਅਗਰਵਾਲ ਸਾਹਿਬ ਕੋਲੋਂ, ਬਾਕੀ ਜਿਹੜੇ ਦਰਜਾ ਬਦਰਜਾ ਉਹਨਾਂ ਦੇ ਸਾਥੀ, ਅਤੇ ਮੈਂ ਵੀ ਇੱਥੇ ਪਹੁੰਚਿਆ ਕਿਉਂਕਿ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਹਮੇਸ਼ਾ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਲੋਕ ਆ ਜਿੱਥੇ ਵੀ ਕਿਸੇ ਨਾ ਕੋਈ ਧੱਕਾ ਹੁੰਦਾ ਉਹਦਾ ਸਾਥ ਦੇਣ। ਫਿਰ ਅਸੀਂ ਜੋ ਪਹੁੰਚੇ ਹਾਂ, ਅੱਜ ਸਾਨੂੰ ਡਾਕਟਰ ਅਤੁਲ ਨੇ ਜਿਹੜਾ ਸਪਸ਼ਟੀਕਰਨ ਦਿੱਤਾ, ਉਹ ਕਹਿੰਦੇ ਕਿਉਂਕਿ ਜਿਹੜੀ ਸੰਜੀਤ ਜਿਹੜੇ ਆ ਇਹ ਵੀ ਚਾਹੁੰਦੇ ਆ ਕਿ ਪੋਸਟਮਾਰਟਮ ਹੋਵੇ, ਕਿਉਂਕਿ ਉਹਨਾਂ ਇਹਨਾਂ ਦੇ ਕੋਲ ਮੁਕੱਦੇ ਆ ਇਹ ਚਾਹੁੰਦੇ ਸੀਗੇ, ਅਤੇ ਡਾਕਟਰ ਅਤੁਲ ਵੀ ਇਸ ਗੱਲ 'ਤੇ ਮੰਨ ਗਏ ਆ। ਪਰ ਹੁਣ ਇਸ ਤੋਂ ਬਾਅਦ ਵੀ ਜੋ ਵੀ ਜਿਹੜੇ ਹਾਲਾਤ ਪੈਦਾ ਹੋਣਗੇ, ਜੋ ਪੋਸਟਮਾਰਟਮ ਦੀ ਰਿਪੋਰਟ ਆਵੇਗੀ, ਉਹਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਖੜ੍ਹੇ ਰਹਾਂਗੇ, ਜਿੱਦਾਂ ਦਾ ਅਹਿਸਾਸ ਕਹਿਣਗੇ। ਨਾਲ ਦੀ ਨਾਲ ਅੱਜ ਜਿਹੜੀ ਬੱਚੇ ਦੀ ਜਿਹੜੀ ਓਪਰੇਸ਼ਨ ਦੀ ਫੀਸ ਸੀਗੀ, ਕਿਉਂਕਿ ਇਨਸਾਨੀਅਤ ਦਾ ਤਾਂ ਸਾਡਾ ਫਰਜ਼ ਬਣਦਾ, ਵਾਲੀਆ ਸਾਹਿਬ, ਛਾਬੜਾ ਸਾਹਿਬ, ਅਗਰਵਾਲ ਸਾਹਿਬ ਸਾਰੇ ਚਾਹੁੰਦੇ ਆ ਕਿ ਜਿਹੜੇ ਬੱਚੇ ਦੀ ਓਪਰੇਸ਼ਨ ਫੀਸ ਸੀ, ਬੱਚਾ ਚਲੋ ਚੱਲ ਗਿਆ ਉਹਦੀ ਬੋਲੀ ਨਹੀਂ ਲਾ ਰਿਹਾ ਸੀ, ਪਰ ਜਿਹੜਾ ਬੱਚਾ ਚੱਲ ਗਿਆ, ਜਦੋਂ ਓਪਰੇਸ਼ਨ ਕੀਤਾ, ਜਦੋਂ ਬੱਚੇ ਦੀ ਡੈਥ ਹੋ ਗਈ, ਉਹਦੀ ਫੀਸ ਵੀ ਜਿਹੜੀ ਆ ਗਰੀਬ ਪਰਿਵਾਰ ਨੂੰ ਦੇਣੀ ਚਾਹੀਦੀ, ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਉਹਨਾਂ ਨੇ ਆਪਣੇ ਬੱਚਾ ਜੋ ਦੁਨੀਆਂ ਚੱਲ ਗਿਆ ਉਹਦੇ ਲਈ ਕਰਨਾ, ਉਹ ਕਰ ਸਕਣ। ਸਾਰਿਆਂ ਦੀ ਸਹਿਮਤੀ ਹੋਈ ਆ। ਹੁਣ ਡਾਕਟਰ ਅਤੁਲ ਨੂੰ ਅਸੀਂ ਕਹਾਂਗੇ ਕਿ ਪਰਿਵਾਰ ਨੂੰ ਜਿਹੜੀ ਓਪਰੇਸ਼ਨ ਫੀਸ ਸੀਗੀ ਉਹ ਵਾਪਸ ਦਿੱਤੀ ਜਾਵੇ, ਅਤੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆਵੇਗੀ ਉਹਦੇ ਮੁਤਾਬਕ ਅਗਲਾ ਜਿਹੜਾ ਵਾ ਅਸੀਂ ਫੈਸਲਾ ਜਿਹੜਾ ਉਹ ਲਿਖਾਂਗੇ। ਠੀਕ ਹੈ, ਤੇ ਇਹ ਕੀ ਹੁਣ ਕੀ ਮੰਗ ਹੀ ਕਰਦੇ ਹੋ ਤੁਸੀਂ? ਮੰਗ ਅਸੀਂ ਇਹ ਕਰਦੇ ਕਿ ਸਾਨੂੰ ਇਨਸਾਫ ਮਿਲੇ। ਸਾਡੇ ਕੋਲ ਹਲੇ ਤੱਕ ਡਾਕਟਰ ਨਾਲ ਗੱਲ ਕੀਤੀ ਆ, ਨਾ ਸਾਹਮਣੇ ਆਏ ਆ, ਪਤਾ ਨਹੀਂ ਕਿੱਥੇ ਲੁਕ ਕੇ ਬੈਠੇ ਆ, ਸਾਨੂੰ ਨਹੀਂ ਪਤਾ। ਇਹ ਕਿੰਨੇ ਸਾਲ ਦਾ ਸੀ ਬੱਚਾ? ਬੱਚਾ 2.5 ਸਾਲ ਦਾ ਸੀਗਾ, 3 ਸਾਲ ਦਾ ਸੀਗਾ, 3 ਸਾਲ ਦਾ ਸੀ। ਤੇ ਹੁਣ ਜੇ ਡਾਕਟਰ ਜੇ ਤੁਹਾਨੂੰ ਨਹੀਂ ਮਿਲਦੇ, ਫਿਰ ਤੁਸੀਂ ਇਸ ਤਰ੍ਹਾਂ ਬੈਠੇ ਰਹੋਗੇ? ਹਾਂਜੀ, ਬੈਠੇ ਰਹਿਣਗੇ, ਆਰਾਮ ਤਰ੍ਹਾਂ ਬੈਠੇ ਰਹਿਣਗੇ, ਅਸੀਂ ਲੇਟ ਦੇ ਫੇਸਬੁੱਕ ਤੇ ਸਾਰੇ ਕੁਝ ਗੱਲੋਂ ਨਾ ਕਰੇ, ਉਹਦੇ ਲਿਖਤ ਮਰਦ ਨਹੀਂ ਜਾ ਸਕਦਾ, ਨਹੀਂ ਚੁੱਪਣਾ। ਹਾਂ, ਫੇਸਬੁੱਕ ਤੇ ਲੇਟ ਤੇ ਅਸੀਂ ਸਾਰੇ ਛੱਡਾਂਗੇ, ਸਾਰੇ ਦੁਨੀਆ ਦੇਖੂਗਾ ਕਿ ਹਸਪਤਾਲ ਵਿੱਚ ਕੀ ਕਾਨੂੰਨ ਹੁੰਦੇ ਆ, ਕਿੱਦਾਂ ਦੇ ਕੰਮ ਹੁੰਦਾ, ਬੱਚੇ ਦੇ ਕਿਰਨੀਆਂ ਨਿਕਾਲ ਕੇ ਵੇਚਦੇ ਆ, ਬੱਚੇ ਦੇ ਕਿਰਨੀ ਨਿਕਾਲ ਕੇ ਵੇਚਦੇ ਆ, ਬੱਚੇ ਦੇ ਮੂੰਹ 'ਚ ਖੂਨ ਆਇਆ, ਬੱਚੇ ਖਤਮ ਹੋ ਗਏ। ਠੀਕ ਆ, ਇਹ ਮੁੰਡਾ ਸੁਰਜੀਤ ਆ, ਇਹ ਕੋਲ ਕੰਮ ਕਰਦਾ, ਰਿਕਸ਼ਾ ਚਲਾਉਂਦਾ ਸਾਡੇ ਕੋਲ, ਅਤੇ ਇਹਦੀ ਮੋਟੀ ਵਾਈਫ ਸਾਡੇ ਘਰ ਵੀ ਕੰਮ ਕਰਦੀ ਹੈ। ਇਹ ਪਰਸੋਂ ਦੀ ਗੱਲ ਆ ਵੀ ਇਹਦਾ ਨਾ ਮੁੰਡਾ ਮੰਜੇ ਤੋਂ ਡਿੱਗਿਆ, ਅਤੇ ਉਹ ਡਿੱਗਣ ਕਰਕੇ ਖੇਡਦਾ ਖੇਡਦਾ ਡਿੱਗਿਆ, ਉਹਦੀ ਕੂਹਣੀ ਟੁੱਟ ਗਈ ਸੱਜੇ ਬਾਅਦ, ਉਹ ਟੁੱਟ ਕੇ ਉੱਪਰ ਨੂੰ ਆ ਗਈ। ਮੈਂ ਲੈ ਕੇ ਸਿਵ ਇਹ ਦੂਰ ਸੀਗਾ ਕੁਲਫੀਆਂ ਰਿਕਸ਼ਾ ਲੈ ਕੇ ਗਿਆ, ਅਤੇ ਮੈਂ ਸਿਵਲ ਹੋਸਪਿਟਲ ਲੈ ਕੇ ਗਿਆ ਸੀਗਾ, ਅਤੇ ਸਿਵਲ ਵਾਲੇ ਤੁਹਾਨੂੰ ਪਤਾ ਉਹ ਬਸ ਰੈਫਰ ਕਰਦੇ, ਉਹ ਕਹਿੰਦੇ ਜੀ ਲੈ ਜਾਓ, ਰੈਫਰ ਕਰਤਾ ਅੰਮ੍ਰਿਤਸਰ ਲੈ ਜਾਓ। ਇਹ ਵਿਚਾਰਾ ਕਹਿੰਦਾ ਕਿ ਮੈਂ ਹੁਣ ਅੰਮ੍ਰਿਤਸਰ ਲੈ ਕੇ ਕਿੱਦਾਂ ਜਾਵਾਂ, ਨਾ ਇਹ ਤੋਂ ਸਾਈਕਲ ਨਾਲ ਸਕੂਟਰ ਬੱਸ ਦੇ ਵਿੱਚ ਮੁੰਡੇ ਦੀ ਬਾਂਹ ਟੁੱਟੀ ਕਿੱਦਾਂ ਲੈ ਕੇ ਜਾਵਾਂ, ਵੀ ਅਸੀਂ ਪ੍ਰਾਈਵੇਟ ਹੀ ਇੱਥੇ ਦਿਖਾ ਲੈਂਦੇ। ਇੱਥੇ ਅਸੀਂ ਗਏ ਥਿੰਦ ਹੋਸਪਿਟਲ, ਥਿੰਦ ਕਹਿੰਦਾ ਕਿ ਇੱਧਰ ਚਲ ਜਾਓ, ਇੱਥੋਂ ਆਏ ਹਾਂ ਅਤੁਲ ਰਤਨ ਤੋਂ, ਇਹਨਾਂ ਦੇ ਬੇਟੇ ਤੋਂ ਜਿਹੜਾ ਹੋਸਪਿਟਲ ਆ, ਅਤੇ ਉਹ ਸਵੇਰੇ ਗੱਲ ਹੋਈ, ਕਹਿੰਦੇ ਜੀ 20,000 ਰੁਪਇਆ ਖਰਚਾਉਣਾ, ਵੀ ਇਹਦੇ ਨਾ ਬਾਂਹ ਦੇ ਵਿੱਚ ਕੂਹਣੀ 'ਚ ਸੂਈਆਂ ਪੈਣੀਆਂ ਅਤੇ ਤਾਰਾਂ ਪੈਣੀਆਂ। ਅਤੇ ਅਸੀਂ ਸ਼ਾਮ ਨੂੰ ਇਹ ਮੈਨੂੰ ਫੋਨ ਆਇਆ ਕਿ ਆਓ ਦੁਬਾਰਾ ਗੱਲ ਕਰਨੀ ਡਾਕਟਰ ਸਾਹਿਬ ਨਾਲ, ਅਤੇ ਮੈਂ ਆਇਆ, ਮੈਂ ਪੁੱਛਿਆ ਜੀ ਇੱਦਾਂ, ਅਤੇ ਮੈਂ ਕਿਹਾ ਚਲੋ ਗਰੀਬ ਬੰਦਾ ਥੋੜ੍ਹੇ ਬਹੁਤ ਲੈਸ ਕਰ ਦਿਓ, ਜਿੱਦਾਂ ਵੀ ਜੋ ਗੱਲ ਹੋਈ ਸਾਡੀ,
ਤੇ ਉਸ ਤੋਂ ਬਾਅਦ ਅਸੀਂ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਓਪਰੇਟ ਕਰੋ। ਅਸੀਂ ਸਵੇਰੇ ਕਹਿੰਦੇ ਜੀ ਸਾਨੂੰ ਨਾ ਤੁਸੀਂ 4 ਵਜੇ ਤੋਂ ਬਾਅਦ ਬੱਚੇ ਨੂੰ ਦੁੱਧ ਨਾਲ ਪਾਣੀ ਕੁਛ ਨਹੀਂ ਦੇਣਾ, 8 ਵਜੇ 7 ਵਜੇ ਲਿਆਓ, 8 ਵਜੇ ਆਪਾਂ ਓਪਰੇਟ ਕਰ ਦੇਣਾ। ਅਸੀਂ ਸਵੇਰੇ 7:30 ਦੇ ਬੱਚੇ ਨੂੰ ਲੈ ਕੇ ਆਏ ਹਾਂ, ਇਹਨਾਂ ਨੂੰ ਓਪਰੇਟ ਕੀਤਾ 12 ਵਜੇ ਅਤੇ ਉਹ ਹੁਣ ਦੇਖੋ ਸਾਨੂੰ ਤਾਂ ਇਹ ਵੀ ਲੱਗਦਾ ਕਿ ਗਰਭਵਤੀ ਬੱਚਾ ਭੁੱਖ ਪਿਆਸ ਨਾਲ ਹੀ ਮਰ ਗਿਆ। ਇਹ 5:30 ਵਜੇ ਜਾ ਕੇ ਪੂਰਾ ਹੋਇਆ, 4 ਵਜੇ ਤੋਂ ਲੈ ਕੇ ਸਵੇਰ ਦੇ 5:30 ਵਜੇ ਤੱਕ ਬੱਚੇ ਨੂੰ ਪਾਣੀ ਦਾ ਬੂੰਦ ਤੱਕ ਨਹੀਂ ਦਿੱਤੀ ਅਤੇ ਮਰ ਗਿਆ ਵਾ। ਅਤੇ ਤੁਹਾਨੂੰ ਮੈਂ ਫੋਨ ਦੇ ਵਿੱਚ ਮੈਂ ਤੁਹਾਨੂੰ ਆਹ ਵੀ ਦਿਖਾਉਂਦਾ ਹੁਣ ਕਿ ਮੰਗ ਕੀ ਕਰਦੇ ਹੋ, ਮੰਗ ਇਨਸਾਫ ਦੀ ਕਰਦੇ ਆ ਜੀ। ਦੇਖੋ ਇਹ ਆਹ ਮੈਂ ਤੁਹਾਨੂੰ ਚੀਜ਼ ਦਿਖਾਉਣਾ ਵੀ ਇਹ ਡਾਕਟਰ ਸਟਾਫ ਇਹਨਾਂ ਦਾ ਅੰਦਰ ਬੈਠਾ ਵਾ, ਉਹ ਮਾਂ ਰੋਣ ਡਈ, ਬੱਚਾ ਅੰਦਰ ਪੂਰਾ ਹੋ ਗਿਆ ਬੈੱਡ ਦੇ ਉੱਤੇ, ਉਹ ਇਹਦੀ ਸੁਣਦੇ ਨੇ, ਡਾਕਟਰ ਕੈਬਨ 'ਚ ਬੈਠੇ ਆ, ਕੋਈ ਆ ਕੇ ਨਹੀਂ ਰਾਜੀ। ਚਲੋ ਮੈਂ ਤੁਹਾਨੂੰ ਦਿਖਾਉਣਾ ਥੋੜ੍ਹੀ ਜਿਹੀ, ਆਹ ਦੇਖੋ ਆਹ ਸਟਾਫ ਬੈਠਾ ਕੈਬਨ 'ਚ, ਉਹ ਮਾਂ ਰੋਣ ਡਈ ਵਿਚਾਰੀ ਇਕੱਲੀ, ਠੀਕ ਹੈ ਜੀ। ਮੁੰਡਾ ਅੰਦਰ ਹੈਗਾ, ਕੋਈ ਇਹਦੇ ਕੋਲ ਸਟਾਫ ਤੱਕ ਨਹੀਂ ਹੈਗਾ। ਵੀ ਵਜ੍ਹਾ ਇਹੀ ਆ ਵੀ ਇਹ ਬੰਦੇ ਮਾੜੇ ਗਰੀਬ ਬੰਦੇ ਆ, ਤਾਂ ਕਰਕੇ ਨਹੀਂ ਇਹਨਾਂ 'ਤੇ ਕੋਈ ਕਾਰਵਾਈ। ਅਗਲੇ ਨੇ 1000 ਆਹ ਬੱਚਾ ਮਰਿਆ ਵਾ, 1000 2-2 ਹਜ਼ਾਰ ਰੁਪਈਆ ਲੋਕਾਂ ਤੋਂ ਫੜ ਕੇ ਉਹਦੇ ਗੋਟੀ ਜਿੱਥੇ ਜਿੱਥੇ ਕੰਮ ਕਰਦੀ ਉਹਨਾਂ ਤੋਂ ਧਾਰਾ ਫੜਿਆ ਵੀ ਓਪਰੇਟ ਕਰਾਵਾਂ। ਹੁਣ ਇਹ ਜਿਹੜਾ ਰਕਸ਼ਾ ਚਲਾਉਂਦਾ, ਹੁਣ ਡਾਕਟਰ ਸਾਹਿਬ ਨੇ ਕੀ ਕਿਹਾ ਤੁਹਾਨੂੰ? ਡਾਕਟਰ ਸਾਹਿਬ ਤਾਂ ਦੇਖੋ ਅਸੀਂ ਕਿਸੇ ਸਿੱਟੇ 'ਤੇ ਲਾਉਂਦੇ ਨਹੀਂ ਪਏ, ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ। ਉਹ ਜਦੋਂ ਮੈਂ ਆਉਂਦੇ ਪੁੱਛਿਆ ਤਾਂ ਡਾਕਟਰ ਸਾਹਿਬ ਜਿਨ੍ਹਾਂ ਨੇ ਓਪਰੇਟ ਕੀਤਾ ਕਹਿੰਦੇ ਮੁੰਡੇ ਨੇ ਨਾ ਥੁੱਕ ਅੰਦਰ ਲੈ ਲਈ ਤਾਂ ਮਰ ਗਿਆ। ਫਿਰ ਹੁਣ ਉਹ ਕਹਿੰਦੇ ਉਹਦਾ ਹਾਰਟ ਫੇਲ ਹੋਇਆ। ਹੁਣ ਡਾਕਟਰ ਸਾਹਿਬ ਨੇ ਕੋਈ ਟਾਈਮ ਟੂਮ ਦਿੱਤਾ ਤੁਹਾਨੂੰ? ਨਹੀਂ, ਸਾਨੂੰ ਕੋਈ ਟਾਈਮ ਨਹੀਂ ਦਿੱਤਾ। ਹੁਣ ਤੁਸੀਂ ਕੀ ਕਰ ਰਹੇ ਹੋਗੇ? ਕਰਨਾ ਕਰ ਲਓ, ਇਹੀ ਗੱਲ ਕਹਿਣ। ਹੁਣ ਤੁਸੀਂ ਕਰ ਰਹੇ ਹੋਗੇ? ਅਸੀਂ ਬੈਠੇ ਹਾਂ ਜੀ, ਇਨਸਾਫ ਦੀ ਮੰਗ ਕਰਦੇ ਹਾਂ। ਅਸੀਂ ਫੋਨ ਹੈਲਪਲਾਈਨ 'ਤੇ ਲਗਾਇਆ ਸੀ, ਉਹ ਵੀ ਆ ਕੇ ਕਹਿੰਦੇ ਆ ਜੀ ਥਾਣੇ ਆਓ ਰਿਪੋਰਟ ਲਿਖਾਉਣ। ਹੁਣ ਬੰਦਾ ਜਿਹੜਾ ਜਿਹਦਾ ਬੱਚਾ ਮਰਿਆ ਉਹ ਪਹਿਲਾਂ ਇੱਥੇ ਰੁਕੇ ਆਪਣੇ ਬੱਚੇ ਕੋਲ ਜਾਂ ਪਹਿਲਾਂ ਸਿਟੀ ਥਾਣੇ ਜਾਈਏ? ਹੁਣ ਇਹਨਾਂ ਨੂੰ ਤਾਂ ਪਤਾ ਹੀ ਨਹੀਂ, ਨਾ ਹੀ ਕਈ ਇੱਦਾਂ ਦੇ ਚੱਕਰਾਂ 'ਚ, ਕਾਨੂੰਨੀ ਚੱਕਰਾਂ 'ਚ ਪਏ ਹਾਂ ਵੀ ਅਸੀਂ ਆ ਜਿਹੜਾ ਕਿ ਬੱਚੇ ਦਾ ਕੀਤਾ ਹੈ। ਬੱਚਾ ਬੜੀ ਕਈ ਹਸਪਤਾਲਾਂ 'ਚੋਂ ਜਵਾਬ ਲੈ ਕੇ ਬੜੀ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਇਆ ਅਤੇ ਕੁਛ ਸ਼ਹਿਰ ਦੇ ਮੂਰਤਵੀਰ ਬੰਦਿਆਂ ਨੇ ਸਾਨੂੰ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਕੋਸ਼ਿਸ਼ ਕਰਕੇ ਦੇਖੋ, ਜੇ ਬੱਚੇ ਦਾ ਕੋਈ ਬਚਾਅ ਹੁੰਦਾ ਤਾਂ ਜ਼ਰੂਰ ਕੋਸ਼ਿਸ਼ ਕਰੋ, ਅਸੀਂ ਤੁਹਾਡੇ ਕੋਲ ਹੀ ਇਹਦਾ ਕੰਮ ਇਲਾਜ ਕਰਵਾਉਣਾ। ਅਤੇ ਅਸੀਂ ਇਹਦਾ ਸਾਰੀ ਸੀਰੀਅਸਨੈਸ ਸਮਝਾ ਕੇ, ਸਾਰੇ ਦਸਤਖਤ ਕਰਾ ਕੇ, ਐਕਸਟਰਾ ਰਿਸਕ ਸਮਝਾ ਕੇ ਇਹਦਾ ਓਪਰੇਸ਼ਨ ਕੀਤਾ। ਡਾਕਟਰ ਸਾਹਿਬ ਬੱਚਾ ਆਇਆ ਕਦੋਂ ਸੀਗਾ ਤੁਹਾਡੇ ਕੋਲ? ਅੱਜ ਸਵੇਰੇ ਆਇਆ। ਵੈਸੇ 2-3 ਦਿਨ ਪਹਿਲਾਂ ਵੀ ਚੱਕਰ ਮਾਰ ਕੇ ਜਾਂਦਾ ਰਿਹਾ, ਇੱਥੋਂ ਆ ਕੇ ਦਿਖਾ ਕੇ ਚਲਾ ਜਾਂਦਾ ਸੀਗਾ। ਕੀ ਹੈ ਕੀ ਸੀ ਬੱਚੇ ਨੂੰ ਪ੍ਰੋਬਲਮ? ਬੱਚੇ ਦੀ ਬਾਂਹ ਹਿੱਲੀ ਹੋਈ ਸੀ। ਠੀਕ ਹੈ, ਠੀਕ ਹੈ। ਅਤੇ ਹੋਇਆ ਕਿ ਡਾਕਟਰ ਸਾਹਿਬ ਬੱਚੇ ਨੂੰ ਓਪਰੇਸ਼ਨ ਕਿੰਨੇ ਵਜੇ ਕੀਤਾ ਅਤੇ ਔਰ ਕਿਸ ਤਰ੍ਹਾਂ ਸੀ? ਦੋਸਤ ਨੇ ਓਪਰੇਸ਼ਨ ਕੀਤਾ, ਬੱਚਾ ਬਿਲਕੁਲ ਠੀਕ ਸੀਗਾ, ਗੱਲਾਂ ਬਾਤਾਂ ਕਰਦਾ ਸੀਗਾ। 5:30 ਵਜੇ ਬੱਚਾ ਇੱਕਦਮ ਰੋਂਦਾ ਰੋਂਦਾ ਚੁੱਪ ਬੈਠ ਗਿਆ ਅਤੇ ਜਿਹੜਾ ਮੋਨੀਟਰ ਆ ਉਹਦੇ 'ਚ ਜਿਹੜੀ ਰੀਡਿੰਗ ਸੀਗੀ ਉਹ ਨੋਰਮਲ ਆਉਣ ਲੱਗ ਪਈ। ਅਸੀਂ ਕੋਸ਼ਿਸ਼ ਕਾਫੀ ਕੀਤੀ ਪਰ ਨਹੀਂ, ਰਿਵਾਈਵ ਨਹੀਂ ਕਰ ਸਕੇ। ਬੱਚੇ ਦੇ ਪਰਿਵਾਰ ਵੱਲੋਂ ਤੁਹਾਡੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਸਾਨੂੰ ਦੱਸਿਆ ਤੱਕ ਨਹੀਂ ਕਿ ਬੱਚੇ ਦੀ ਜਿਹੜੀ ਮੌਤ ਹੋ ਚੁੱਕੀ ਹੈ? ਬੱਚੇ ਦੀ ਮੌਤ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਤੁਹਾਡੇ ਸਾਹਮਣੇ ਹੀ ਹੈ, ਜਿਹੜੇ ਬੰਦੇ ਦੇ ਨਾਲ ਆਏ ਇਸੇ ਕਰਕੇ ਮੌਤ ਹੈ, ਸਮਝਾਇਆ ਵੀ ਇਹਦੀ ਮੌਤ ਹੋ ਚੁੱਕੀ ਹੈ। ਇਹ ਨਾਲੇ ਕਿਹੜੀ ਕੋਈ ਜਾਂਚ ਨਹੀਂ ਕਰਦੀ ਮੌਤ ਟੈਲੀਫੋਨ ਵਾਲੀ ਗੱਲ। ਬੱਚਾ ਉਹਨਾਂ ਦਾ ਇਹ ਵੀ ਕਹਿਣਾ ਕਿ ਇਲਾਜ ਜਿਹੜਾ ਉਹ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਡਾਕਟਰ? ਇਹ ਤਾਂ ਹਮੇਸ਼ਾ ਜਿਹੜਾ ਮਰੀਜ਼ ਦੇ ਨਾਲ ਦੇ ਹਰ ਡਾਕਟਰ 'ਤੇ ਇਲਜ਼ਾਮ ਲਾਉਂਦੇ ਆ। ਬਾਕੀ ਜੇ ਕੋਈ ਲੱਗਦਾ ਸਾਡੇ 'ਚ ਕਮੀ ਹੈ ਅਸੀਂ ਹੋਰ ਕਿਹਾ ਪੋਸਟਮਾਰਟਮ ਕਰਾ ਕੇ ਦੇ ਲਓ ਤੁਹਾਡੀ, ਜੇ ਕੋਈ ਨੁਕਸਾ ਤੁਹਾਡਾ ਨਿਕਲੂਗਾ ਪੋਸਟਮਾਰਟਮ। ਇਹ ਹੁਣ ਕਿਸ ਤਰ੍ਹਾਂ ਤੁਹਾਡਾ ਨਿਬੜੇਗਾ ਕਿਉਂਕਿ ਉਹ ਬਾਹਰ ਤੁਹਾਡੇ ਹੋਸਪਿਟਲ 'ਤੇ ਬੈਠ ਗਏ ਆ ਉਹ, ਅਤੇ ਤੁਹਾਡੀ ਗੱਲਬਾਤ ਹੋਈ ਉਹਨਾਂ ਨੂੰ? ਨਹੀਂ, ਮੈਨੂੰ ਤਾਂ ਇਹਨਾਂ ਨੇ ਕਿਹਾ ਤੁਹਾਡਾ ਹੈਗਾ ਵੀ ਨੁਕਸਾ ਹੈ ਵੀ ਤੁਹਾਡੇ 'ਚ ਤੁਸੀਂ ਗਲਤੀ ਕੀਤੀ। ਮੈਂ ਕਿਹਾ ਪੋਸਟਮਾਰਟਮ 'ਚ ਫੈਸਲਾ ਹੋ ਸਕਦਾ ਗਲਤੀ ਕੀਤੀ ਕਿ ਨਹੀਂ ਕੀਤੀ।